ਜਿੰਨੇ ਪੰਜਾਬ 'ਚ ਸਰਕਾਰੀ ਦਫ਼ਤਰ ਨੇ, ਭਾਵੇਂ ਉਹ ਪਟਵਾਰਖਾਨੇ ਨੇ, ਤਹਿਸੀਲਾਂ ਨੇ, ਭਾਵੇਂ ਉਹ ਹਸਪਤਾਲ ਨੇ, ਸਕੂਲ ਨੇ, ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ, ਬਹੁਤ ਵੱਡੀਆਂ ਵੱਡੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਲੋਕਾਂ ਦੇ ਟੈਕਸ ਦੇ ਪੈਸੇ 'ਚੋਂ, ਤੁਸੀਂ ਤਨਦੇਹੀ ਨਾਲ ਫਰਜ਼ ਨਿਭਾਓ, ਲੋਕਾਂ ਦੇ ਕੰਮ ਨੂੰ ਆਪਣਾ ਕੰਮ ਸਮਝ ਕੇ ਕੰਮ ਕਰੋ, ਅਰਜ਼ੀ ਵਗਾ ਕੇ ਨਾ ਮਾਰਿਆ ਕਰੋ। ਤੁਸੀਂ ਸਗੋਂ ਇਹ ਕਹੋ, ਕੋਈ ਗੱਲ ਨਹੀਂ ਬਜ਼ੁਰਗੋ, ਤੁਸੀਂ ਬੈਠੋ, ਇੱਕ ਅੱਧਾ ਕਾਗਜ਼ ਘੱਟ ਹੈ ਮੈਂ ਕਰਾਉਣਾ ਪੂਰਾ, ਉਹਦੇ ਨਾਲ ਬਜ਼ੁਰਗ ਜਿਹੜੀਆਂ ਦੁਆਵਾਂ ਦੇਊਗਾ ਉਹਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ। ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਆਪਣੇ ਕੰਮ ਤਨਦੇਹੀ ਨਾ ਕਰੋ। ਮੇਰੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ, ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਸਕੂਲ 'ਚ ਆ ਜਾਂ, ਕਦੋਂ ਕਿਹੜੀ ਤਹਿਸੀਲ 'ਚ ਆ ਜਾਂ, ਕਦੋਂ ਕਿਹੜੇ ਦਫ਼ਤਰ 'ਚ ਆ ਜਾਂ। ਫਿਰ ਮੈਨੂੰ ਨਾ ਕਿਹੋ ਕਿ ਸਸਪੈਂਡ ਕਰਤਾ ਜੀ, ਐਂ ਹੋ ਗਿਆ ਜੀ, ਮੈਂ ਤਾਂ ਰੋਟੀ ਖਾਣ ਗਿਆ ਹੋਇਆ ਸੀ ਜੀ, ਮੇਰੀ ਭੂਆ ਦੇ ਮੁੰਡੇ ਦਾ ਵਿਆਹ ਸੀ ਜੀ, ਇਹ ਬਹਾਨੇ ਚੱਲਣੇ ਨਹੀਂ ਹੈਗੇ ਹੁਣ, ਬਹੁਤ ਹੋ ਗਿਆ ਹੁਣ। ਸੋ ਖੱਜਲ ਖੁਆਰੀਆਂ ਆਮ ਲੋਕਾਂ ਦੀਆਂ ਬਰਦਾਸ਼ਤ ਨਹੀਂ ਹੋਣਗੀਆਂ। ਕਚਹਿਰੀਆਂ 'ਚ ਮੈਂ ਨਹੀਂ ਕਹਿੰਦਾ ਕਿ 100% ਰਿਸ਼ਵਤ ਰੁਕੀ ਹੋਣੀ, ਹਜੇ ਵੀ ਹੋਣਗੇ ਉਹ ਖੂਨ 'ਚ, ਜਿਹਨਾਂ ਦੇ ਖੂਨ 'ਚ ਹੁੰਦਾ ਨਾ। ਅੱਛਾ, ਕਈ ਵਾਰੀ ਆਪਣੇ ਵੀ ਖੂਨ 'ਚ ਆ ਗਿਆ, ਹੁਣ ਇੰਨੇ ਸਾਲ ਹੋ ਗਏ ਨਾ, ਉਹ ਕਿਤੇ ਇੱਕ ਤਹਿਸੀਲ 'ਚ ਕੋਈ ਚੰਗਾ ਤਹਿਸੀਲਦਾਰ ਲਾਤਾ, ਵੀ ਇਮਾਨਦਾਰ ਸੀ, ਪੈਸੇ ਨਹੀਂ ਲੈਂਦਾ ਸੀ, ਬਜ਼ੁਰਗ ਗਿਆ ਰਜਿਸਟਰੀ ਕਰਾਉਣ, ਉਹਨੇ ਰਜਿਸਟਰੀ ਕੀਤੀ, ਬਾਪੂ ਨੇ ਟੇਬਲ ਦੇ ਥੱਲੋਂ ਦੀ 10,000 ਰੁਪਈਆ ਫੜਾਤਾ। ਉਹ ਤਹਿਸੀਲਦਾਰ ਕਹਿੰਦਾ ਬਾਬਾ ਜੀ ਇਹ ਨਹੀਂ ਚੱਲਣਾ। ਕਹਿੰਦਾ ਅੱਛਾ ਜੀ, ਵੱਧ ਗਿਆ ਰੇਟ, ਕਿੰਨੇ ਦੇਵਾਂ? ਕਹਿੰਦਾ ਬਾਬਾ ਜੀ ਇਹ ਪੈਸੇ ਨਹੀਂ ਲੱਗਦੇ, ਰਜਿਸਟਰੀ ਹੋ ਗਈ ਤੁਹਾਡੀ, ਗੌਰਮੈਂਟ ਸਾਨੂੰ ਐਸੇ ਕੰਮ ਦੀ ਤਨਖਾਹ ਦਿੰਦੀ ਹੈ, ਰਜਿਸਟਰੀ ਤੁਹਾਡੀ ਹੋ ਗਈ, ਚਲੋ ਸ਼ਾਬਾਸ਼। ਉਹ ਕਹਿੰਦਾ ਤਹਿਸੀਲਦਾਰ ਨੂੰ ਕਹਿੰਦਾ ਪੁੱਤ, 2 ਕੁ ਮਹੀਨੇ ਪਹਿਲਾਂ ਇੰਨੀ ਕੁ ਜ਼ਮੀਨ ਦੀ ਕਰਾਈ ਸੀ, ਉਦੋਂ ਤੇਰੀ ਥਾਂ 'ਤੇ ਕੋਈ ਹੋਰ ਸੀ, ਉਦੋਂ ਤਾਂ 10,000 ਹੀ ਲੱਗਿਆ ਸੀ, ਦੱਸ ਦੇ ਫਿਰ ਹੁਣ ਕਿੰਨੇ ਲੱਗਣਗੇ। ਉਹ ਕਹਿੰਦਾ ਬਾਬਾ ਜੀ ਉਹਨੂੰ ਤੁਹਾਨੂੰ ਕਹਿਤਾ ਕੋਈ ਪੈਸਾ ਨਹੀਂ ਲੱਗੂਗਾ, ਰਜਿਸਟਰੀ ਹੋ ਗਈ, ਜਾਓ। ਬਾਹਰ ਚਲਿਆ ਗਿਆ। ਸਾਰਾ ਦਿਨ ਉਹ ਬਾਪੂ ਕਚਹਿਰੀਆਂ ਦੇ ਬਾਹਰ ਜਿਹੜੇ ਵਸੀਕਾ ਨਵੀਸ ਬੈਠੇ ਹੁੰਦੇ ਆ, ਅਰਜ਼ੀ ਉਹਨਾਂ ਨੂੰ ਦਿਖਾਈ ਗਿਆ, ਕਦੇ ਕਿਸੇ ਕੋਲ, ਕਦੇ ਆਪਣੀ ਰਜਿਸਟਰੀ ਦਿਖਾਈ ਗਿਆ ਉਹਨਾਂ ਨੂੰ। ਕਹਿੰਦਾ ਯਾਰ ਦੇਖਿਓ, ਕੁਛ ਗਲਤ ਤਾਂ ਨਹੀਂ ਹੈਗਾ, ਪੈਸੇ ਨਹੀਂ ਲਏ। ਕਹਿੰਦਾ ਮੈਥੋਂ ਸਾਨੂੰ ਵੀ ਨਹੀਂ ਐਂ ਲੱਗਦਾ ਹੁਣ ਜੇ ਪੈਸੇ ਨਹੀਂ ਲਏ ਤਾਂ ਕੰਮ ਠੀਕ ਹੋ ਗਿਆ ਹੋਊਗਾ, ਕਿਉਂਕਿ ਸਾਡੇ ਵੀ ਆ ਗਿਆ ਨਾ ਵਿੱਚ ਇਹ। ਉਹ ਕਹਿੰਦੇ ਠੀਕ ਹੈ। ਕਹਿੰਦਾ ਯਾਰ ਪੈਸਿਆਂ ਬਿਨਾਂ ਕਿਵੇਂ ਹੋ ਗਈ? ਸੋ ਇਹ ਰੀਤਾਂ ਟੁੱਟਣਗੀਆਂ, ਇਹ ਰੀਤਾਂ ਟੁੱਟਣਗੀਆਂ, ਕਿਉਂਕਿ ਹੁਣ ਜਨਤਾ ਜਿਹੜੀ ਹੈ ਉਹ ਆਪਸ 'ਚ ਇੱਕ ਦੂਜੇ 'ਤੇ ਸ਼ੱਕ ਕਰਨ ਲਾਤੀ ਸੀ ਵੀ ਤੁਹਾਨੂੰ ਆਹ ਲੁੱਟਦਾ, ਤੁਹਾਨੂੰ ਉਹ ਲੁੱਟਦਾ, ਤੁਹਾਡਾ ਆਹ ਦੁਸ਼ਮਣ ਹੈ, ਆਹ ਸਮਾਜ ਤੁਹਾਡਾ ਦੁਸ਼ਮਣ ਹੈ, ਜੇ ਆਹ ਸਮਾਜ ਆ ਗਿਆ ਤਾਂ ਫਿਰ ਆਹ ਸਮਾਜ ਨੂੰ ਤਾਂ ਐਂ ਕਰ ਦੇਣਗੇ। ਲੜਾਈ ਜਾਂਦੇ ਸਾਨੂੰ। ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਹੋਣ ਲੱਗ ਗਈਆਂ, ਇੱਕ ਰਾਤ ਨੂੰ 2 ਮੱਝਾਂ ਚੋਰੀ ਹੋ ਗਈਆਂ, ਲੋਕਾਂ ਦਾ ਤਰਥੱਲੀ ਮੱਚ ਗਈ, ਪਿੰਡ 'ਚ ਵੀ 2 ਮੱਝਾਂ ਚੋਰੀ ਹੋ ਗਈਆਂ, ਅਗਲੀ ਰਾਤ ਨੂੰ 1 ਹੋਰ ਹੋ ਗਈ, ਲੋਕ ਡਰ ਗਏ ਵੀ ਚੋਰੀ ਹੋਣ ਲੱਗ ਗਈ, ਉਦੋਂ ਅਗਲੀ ਰਾਤ ਨੂੰ 2 ਮੱਝਾਂ ਹੋਰ ਚੋਰੀ ਹੋ ਗਈਆਂ, ਲੋਕ ਡਰ ਗਏ। ਅਤੇ ਪਿੰਡ ਦੀ ਜੂਹ 'ਤੇ ਇੱਕ ਸਾਧੂ ਮਹਾਤਮਾ ਫਕੀਰ ਰਹਿੰਦਾ ਸੀ, ਬੰਦਾ ਬੜੀ ਮਾਨਤਾ ਸੀ ਉਹਦੀ, ਉਹਦੇ ਕੋਲ ਗਏ, ਕਹਿੰਦੇ ਬਾਬਾ ਜੀ ਪਿੰਡ 'ਤੇ ਕੋਈ ਗ੍ਰਹਿ ਹੈ, ਕੋਈ ਦੇਖੋ ਸ਼ਨੀ ਦਾ, ਸ਼ੁੱਕਰ ਸ਼ਨੀ ਦਾ ਦੇਖੋ ਕੋਈ ਭਾਰ ਹੈ, ਸਾਡੀਆਂ ਤਾਂ ਮੱਝਾਂ ਹੀ ਚੋਰੀ ਹੋਣ ਲੱਗ ਗਈਆਂ, ਗੁਰਦੇਵ ਦੀਆਂ 2 ਮੱਝਾਂ ਚੋਰੀ ਹੋ ਗਈਆਂ, ਪਰਸੋਂ ਬਲਦੇਵ ਦੀਆਂ ਚੋਰੀ ਹੋ ਕੇ ਹਟੀਆਂ, ਇਹ ਕੀ ਹੈ? ਉਹ ਸੰਤ ਫਕੀਰ ਕਹਿੰਦਾ ਕੁਛ ਨਹੀਂ ਹੁੰਦਾ, ਇੱਕ ਕੰਮ ਕਰਿਓ, ਇੱਕ ਚਾਦਰ ਲੈ ਲਿਓ, ਉਹ ਚਾਦਰ ਦੇ ਚਾਰੇ ਕੋਨੇ 4 ਬੰਦੇ ਫੜ ਕੇ ਖੜ੍ਹ ਜਾਣਾ,
ਤਾਹਾਂ ਚਾਦਰ ਤਾਣ ਕੇ ਅਤੇ ਗੁਰਦੁਆਰਾ ਸਾਹਿਬ ਦੇ ਸਪੀਕਰ 'ਚ ਅਨਾਊਂਸ ਕਰ ਦਿਉ, ਉਹ ਚਾਦਰ ਦੇ ਥੱਲੋਂ ਦੀ ਸਾਰੇ ਪਿੰਡ ਨੂੰ ਲੰਘਾਓ। ਜਦੋਂ ਹੀ ਮੱਝਾਂ ਵਾਲੇ ਚੋਰ ਜਿਹੜੇ ਨੇ, ਜਿਹਨੇ ਮੱਝਾਂ ਚੋਰੀ ਕੀਤੀਆਂ ਹੋਣਗੀਆਂ, ਜਦੋਂ ਉਹ ਚਾਦਰ ਦੇ ਥੱਲੋਂ ਦੀ ਲੰਘੇ, ਨਾਲ ਦੀ ਨਾਲ ਦਿਲ ਦਾ ਦੌਰਾ ਪੈ ਜੂਗਾ, ਉੱਥੇ ਮਰ ਜਾਣਗੇ ਉਹ। ਅਨਾਊਂਸਮੈਂਟ ਕਰਤੀ ਗੁਰਦੁਆਰਾ ਸਾਹਿਬ ਵੀ ਭਾਈ ਚਾਦਰ ਤਾਣੀ ਹੈ ਅਤੇ ਉਹਦੇ ਥੱਲੋਂ ਦੀ ਆਓ। ਚਾਰ ਮੋਤਬਾਰ ਬੰਦਿਆਂ ਨੂੰ ਚਾਦਰ ਫੜਾਤੀ, ਚਾਰੇ ਕੋਨੇ ਫੜ ਕੇ ਖੜ ਗਏ, ਲੋਕ ਲੰਘੀ ਜਾਣ, ਸਾਰੇ ਪਿੰਡ ਦੇ ਬੰਦੇ ਲੰਘ ਗਏ, ਕੋਈ ਨਹੀਂ ਮਰਿਆ। ਜਨਾਨੀਆਂ ਕੱਢੋ ਕਹਿੰਦੇ ਹੁਣ, ਸਾਰੇ ਪਿੰਡ ਦੀਆਂ ਲੇਡੀਜ਼ ਕੱਢਤੀਆਂ ਥੱਲੋਂ ਦੀ, ਕੋਈ ਨਹੀਂ ਮਰੀ। ਬੱਚਿਆਂ 'ਤੇ ਸ਼ੱਕ ਕਰਨ ਲੱਗ ਗਏ, ਕਹਿੰਦੇ ਬੱਚੇ ਕੱਢੋ ਯਾਰ ਹੁਣ ਵਿੱਚੋਂ, ਬੱਚੇ ਵੀ ਸਾਰੇ ਪਿੰਡ ਦੇ ਕੱਢਤੇ ਥੱਲੋਂ ਦੀ, ਇੱਕ ਨਹੀਂ ਮਰਿਆ, ਸਾਰਾ ਪਿੰਡ ਲੰਘ ਗਿਆ, ਚਾਦਰ ਦੇ ਥੱਲੋਂ ਦੀ ਕੋਈ ਵੀ ਨਹੀਂ ਮਰਿਆ। ਪਤਾ ਕਿਉਂ? ਉਹ ਜਿਹੜੇ ਮੱਝਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਚਾਰੇ ਜਾਣੇ, ਮਰਦਾ ਕੌਣ? ਆਹੀ ਕੰਮ ਆਪਾਂ ਨੇ ਕਰ ਰੱਖਿਆ, ਚਾਦਰ ਦੇਸ਼ ਵਾਲੀ ਚੋਰਾਂ ਨੂੰ ਫੜਾ ਰੱਖੀ ਹੈ, ਸ਼ੱਕ ਆਪਣੇ ਆਪ 'ਤੇ ਕਰੀ ਜਾਂਦੇ ਹਾਂ। ਮੈਂ ਤੁਹਾਨੂੰ ਇਹੀ ਕਹਿਣਾ, ਦੇਸ਼ ਦੇ ਵਿੱਚ ਵੀ ਜਾ ਕੇ ਕਹਿਣਾ ਕਿ ਚਾਦਰ ਆਮ ਆਦਮੀ ਪਾਰਟੀ ਦੇ ਇਮਾਨਦਾਰ ਬੰਦਿਆਂ ਨੂੰ ਫੜਾ ਦਿਉ, ਲੈ ਤੁਹਾਡੀਆਂ ਚੋਰੀਆਂ ਬੰਦ ਹੋ ਜਾਣਗੀਆਂ ਸਾਰੀਆਂ। ਜਿਸ ਕਿਸਮ ਦੀ ਵੀ ਚੋਰੀ ਹੁੰਦੀ ਹੈ, ਟੈਕਸ ਦੀ ਚੋਰੀ ਹੁੰਦੀ ਹੈ ਤੁਹਾਡੇ ਦੀ, ਤੁਹਾਡੇ ਹੱਕਾਂ ਦੀ ਚੋਰੀ ਹੁੰਦੀ ਹੈ, ਪੜ੍ਹਾਈ ਦੀ ਚੋਰੀ ਹੁੰਦੀ ਹੈ, ਦਵਾਈ ਦੀ ਚੋਰੀ ਹੁੰਦੀ ਹੈ, ਸਾਰੀਆਂ ਬੰਦ ਹੋ ਜਾਣਗੀਆਂ, ਚਾਦਰ ਪਰ ਇਮਾਨਦਾਰ ਬੰਦਿਆਂ ਦੇ ਹੱਥ 'ਚ ਫੜਾ ਦਿਉ ਬਸ। ਜਦੋਂ ਅਸੀਂ 6-6, 7-7 ਸਾਲ ਦੇ ਹੁੰਦੇ ਸੀ, 8-8 ਸਾਲ ਦੇ, 10-10 ਸਾਲ ਦੇ ਹੁੰਦੇ ਸੀ, ਉਦੋਂ ਅਸੀਂ ਉਸ ਕੱਸੀ 'ਚ ਨਹਾਉਂਦੇ ਹੁੰਦੇ ਸੀ ਅਤੇ ਸਾਡੀਆਂ ਮਾਵਾਂ, ਚਾਚੀਆਂ, ਤਾਈਆਂ ਉਹ ਥਾਪੀ ਨਾਲ ਉੱਥੇ ਕੱਪੜੇ ਧੋਂਦੀਆਂ ਹੁੰਦੀਆਂ ਸੀ। ਮੈਂ ਕਿਹਾ ਮੇਰੇ ਪਿੰਡ ਵਾਲੀ ਕੱਸੀ ਲੱਭ ਕੇ ਦਿਖਾਓ ਕਿੱਧਰ ਗਈ। ਇੱਕ ਕੱਸੀ ਲੱਭੀ, ਉਹ ਕਹਿੰਦੇ ਜੀ ਉਹ ਤਾਂ ਵਾਹ ਲਈ, ਲੋਕਾਂ ਨੇ ਵਾਹ ਲਈ। ਮੈਂ ਕਿਹਾ ਕੋਈ ਗੱਲ ਨਹੀਂ, ਲੋਕਾਂ ਨਾਲ ਵੀ ਗੱਲ ਕਰ ਲੈਂਦੇ ਹਾਂ, ਉੱਪਰੋਂ ਵਾਹ ਲਓ ਕੋਈ ਪ੍ਰੋਬਲਮ ਨਹੀਂ, ਥੱਲੋਂ ਦੀ ਪੈਪ ਪਾ ਲੈਣ ਦਿਉ ਬਸ। ਪਾਈਪ ਪਾਏ, ਟੇਲਾਂ ਤੱਕ ਪਾਣੀ ਪਹੁੰਚਾਇਆ। ਤੁਸੀਂ ਰੋਜ਼ ਵੀਡੀਓ ਦੇਖਦੇ ਹੋਵਾਂਗੇ, ਅੱਜ 72% ਤੋਂ ਉੱਪਰ ਆਪਾਂ ਪਹੁੰਚ ਗਏ, 21 ਦੀ ਥਾਂ 'ਤੇ 72% ਆਪਣਾ ਨਹਿਰਾਂ ਦਾ ਪਾਣੀ ਖੇਤਾਂ 'ਚ ਜਾਣ ਲੱਗ ਗਿਆ। ਹਜੇ ਹੋਰ ਕਰਨਾ, ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ, ਨਾਲ ਉਪਜਾਊ ਮਿੱਟੀ ਵੀ ਆਉਂਦੀ ਹੈ, ਅਤੇ 5-7 ਮਿੰਟਾਂ 'ਚ 1 ਕਿੱਲਾ ਭਰ ਦਿੰਦਾ ਉਹ। ਅਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ, ਟਿਊਬਵੈੱਲ ਬੰਦ ਕਰਾਂਗੇ, ਬਿਜਲੀ ਤਾਂ ਬਚਣੀ ਬਚਣੀ ਹੈ, ਥੱਲੋਂ ਪਾਣੀ ਬਚਣਾ, ਥੱਲੋਂ ਪਾਣੀ ਜਿਹੜਾ 600 ਫੁੱਟ 'ਤੇ ਚਲਾ ਗਿਆ। ਆਹ ਤੁਹਾਡੀ ਇੱਕ ਨਹਿਰ ਕੱਢੀ ਹੈ ਇੱਥੋਂ ਦੀ, 11,000 ਤੋਂ ਵੱਧ ਏਕੜ ਜਿਹੜਾ ਉਹਦੇ ਨਾਲ ਪਾਣੀ ਮਿਲੂਗਾ। ਜਿਹੜਾ ਇੱਥੋਂ ਕਿਹੜੀ ਹੈ ਨਹਿਰ ਕਿਸ਼ਨ ਜੀ? ਕੰਢੀ ਕਨਾਲ। ਕੰਢੀ ਕਨਾਲ 11,000 ਏਕੜ ਕੰਢੀ ਕਨਾਲ ਦੇ ਨਾਲ ਫਾਇਦਾ ਮਿਲੂਗਾ। ਨਾਲ ਇਹ ਵੀ ਹੈ ਕਿ ਅਸੀਂ ਜਗ੍ਹਾ ਜਗ੍ਹਾ ਤੋਂ ਕੱਚੀ ਵੀ ਛੱਡੀ ਹੋਈ ਹੈ, ਫਿਰ ਕਿਤੋਂ ਪੱਕੀ, ਫਿਰ ਕੱਚੀ, ਤਾਂ ਕਿ ਪਾਣੀ ਥੱਲੇ ਵੀ ਜਾਵੇ। ਮੇਰੇ ਕੋਲ ਡਿਪਟੀ ਸਪੀਕਰ ਸਾਹਿਬ ਆਏ ਸੀਗੇ ਲੈ ਕੇ ਮਸਲਾ, ਅਤੇ ਇੱਕ ਧਾਰ ਕਲਾਂ ਦੇ ਵਿੱਚ 206 ਮੈਗਾਵਾਟ ਦਾ ਡੈਮ ਬਣਾ ਰਹੇ ਹਾਂ, ਰਾਵੀ ਦਰਿਆ ਦਾ ਪਾਣੀ ਰੁਕਿਆ ਜਿਹੜਾ ਚਮਰੌੜ ਤੋਂ ਆਉਂਦਾ, ਉੱਪਰੋਂ ਮਾਧੋਪੁਰ ਨੂੰ ਜਾਂਦਾ, ਅੱਗੇ ਜਾ ਕੇ ਉੱਜ ਚਲਾ ਜਾਂਦਾ, ਉੱਜ 'ਚੋਂ ਪਾਕਿਸਤਾਨ ਚਲਾ ਜਾਂਦਾ, ਜਿੰਨਾ ਕੁ ਆਪਣੇ 'ਚ ਰਾਵੀ ਆਉਂਦੀ ਹੈ ਅਸੀਂ ਰੋਕਿਆ ਪਾਣੀ। 206 ਮੈਗਾਵਾਟ ਦਾ ਇੱਕ ਡੈਮ ਬਣੂਗਾ, 1 ਅਕਤੂਬਰ 'ਚ ਉਦਘਾਟਨ ਕਰਾਂਗੇ ਉਹਦੇ ਨਾਲ, ਕਿਉਂਕਿ ਪਾਣੀ ਜਦੋਂ ਆਊਗਾ, ਜਿਹੜੀ ਦੁਆਬ ਬਿਸਤ ਹੈ, ਦੁਆਬ ਬਿਸਤ ਨਹਿਰ ਹੈ,
ਉਹ 24 ਘੰਟੇ 12 ਮਹੀਨੇ 30 ਦਿਨ ਚੱਲੂਗੀ, ਦੁਆਬ ਇਸ ਚੋਂ ਪਾਣੀ ਖਤਮ ਨਹੀਂ ਹੋਊਗਾ ਜੀ। ਤੇ ਉੱਧਰ 2-3 ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਮਾਲਵਾ ਨਹਿਰ ਦਾ ਉਦਘਾਟਨ ਕਰਕੇ ਆਏ ਆ, ਹਰੀ ਕੇ ਪੱਤਣ ਤੋਂ ਰਾਜਸਥਾਨ ਦੇ ਬਾਰਡਰ ਤੱਕ ਜਾਊਗੀ, 149 ਕਿਲੋਮੀਟਰ ਲੰਬੀ ਹੈ, 50 ਫੁੱਟ ਉੱਪਰੋਂ ਚੌੜੀ ਹੈ, 12.5 ਫੁੱਟ ਗਹਿਰਾਈ ਹੈ, 515-520 ਮੋਗੇ ਨੇ, 2 ਲੱਖ ਏਕੜ ਨੂੰ ਪਾਣੀ ਮਿਲੂਗਾ ਜੀ। ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਰਹੀ ਹੈ ਆਜ਼ਾਦੀ ਤੋਂ ਬਾਅਦ। ਉਹ ਮੈਨੂੰ ਪੱਤਰਕਾਰਾਂ ਨੇ ਪੁੱਛਿਆ, ਕਹਿੰਦੇ ਵੀ ਇਦੂ ਪਹਿਲਾਂ ਕਿਉਂ ਨਹੀਂ ਸੋਚਿਆ ਕਿਸੇ ਨੇ ਨਹਿਰ ਬਣਾਉਣ ਦਾ? ਉਹ ਮੈਂ ਕਿਹਾ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਹੋਣ ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ। ਜਿਨ੍ਹਾਂ ਨੇ ਸਿਰਫ ਨਹਿਰ ਹੀ ਦੇਖੀ ਹੈ ਔਰ ਨਹਿਰ ਸਾਡੇ ਖੇਤ ਮੁੱਕਦੀ ਹੈ, ਉਹਨਾਂ ਨੂੰ ਮੋਗਿਆਂ ਦਾ ਕੀ ਦਰਦ? ਮੈਂ ਕਹਿੰਦਾ ਸਾਨੂੰ ਪੁੱਛ ਕੇ ਦੇਖੋ ਨਾ, 1-1 ਮਿੰਟ ਪਿੱਛੇ ਬੰਦਾ ਵੱਢ ਦਿੰਦੇ ਹਾਂ ਅਸੀਂ, ਜਾਂ 2 ਇੰਚ ਮੋਗਾ ਉੱਪਰ ਚੱਕਣਾ ਜਾਂ ਥੱਲੇ ਕਰਨਾ, ਬੰਦਾ ਵੱਢ ਦਿੰਦੇ ਹਾਂ ਅਸੀਂ। ਸੋ ਵੀਰੋ, ਉਹੀ ਬੰਦਾ ਦਰਦ ਜਾਣ ਸਕਦਾ ਜਿਹਨੇ ਦਰਦ ਇਹ ਪਿੰਡੇ 'ਤੇ ਹੰਡਾਏ ਹੋਣ। ਪਾਣੀ ਦੀ ਕੀਮਤ ਦਾ ਉਹਨੂੰ ਹੀ ਪਤਾ ਹੁੰਦਾ ਜਿਹੜਾ ਜੈਸਲਮੇਰ ਦੇ ਟਿੱਬਿਆਂ 'ਚ ਪਿਆਸਾ ਰਿਹਾ ਹੋਵੇ, ਜਿਨ੍ਹਾਂ ਦੇ ਘਰ ਹਰੇਕ ਬਾਥਰੂਮ 'ਚ 3-3 ਟੂਟੀਆਂ ਹੀ ਚੱਲੀ ਜਾਂਦੀਆਂ ਸਾਰਾ ਦਿਨ, ਉਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ।